ਪੰਜਾਬ ਦੀ ਨਵੀਂ ਫਿਲਮ ਮਨਸੂਬਾ ਨਵੇਂ ਸਾਲ ਤੇ ਨਵੀਂ ਸੋਚ ਦੇ ਨਾਲ 5 ਜਨਵਰੀ ਨੂੰ ਵੱਡੇ ਪਰਦੇ ਤੇ ਆਉਣ ਦੇ ਲਈ ਤਿਆਰ ਹੈ। ਫਿਲਮ ਰਾਣਾ ਰਣਵੀਰ ਵੱਲੋਂ ਲਿਖੀ ਤੇ ਨਿਰਦੇਸ਼ ਕੀਤੀ ਗਈ ਹੈ। ਇਸ ਫਿਲਮ ਦੇ ਵਿੱਚ ਹਰ ਇੱਕ ਕਿਰਦਾਰ ਦਿਲ ਨੂੰ ਛੂ ਲੈਣ ਵਾਲਾ ਹੈ, ਪਰ ਇੱਕ ਕਿਰਦਾਰ ਅਜਿਹਾ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜੀ ਹਾਂ, ਇੱਥੇ ਗੱਲ ਹੋ ਰਹੀ ਹੈ ਨਵਦੀਪ ਸਿੰਘ ਦੀ, ਜੋ ਕਿ ਇਸ ਫਿਲਮ ਦੇ ਮੁੱਖ ਕਿਰਦਾਰ ਵਜੋਂ ਉਭਰ ਕੇ ਸਾਹਮਣੇ ਆਇਆ। ਨਵਦੀਪ ਸਿੰਘ ਨੇ ਪੰਜਾਬੀ ਇੰਡਸਟਰੀ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ, ਪਰ ਇਹ ਉਹਨਾਂ ਦੀ ਪਹਿਲੀ ਫਿਲਮ ਬਣੀ ਹੈ ਜਿਸ ਵਿੱਚ ਉਹਨਾਂ ਨੂੰ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਕਿਹਾ ਜਾਂਦਾ ਹੈ ਕਿ ਨਵਦੀਪ ਸਿੰਘ ਨੇ ਕਈ ਸਾਲ ਪਹਿਲਾਂ ਰਾਣਾ ਰਣਵੀਰ ਨੂੰ ਮੈਸੇਜ ਕੀਤਾ ਸੀ ਤੇ ਇੰਨੇ ਲੰਬੇ ਸਬਰ ਤੋਂ ਬਾਅਦ ਨਵਦੀਪ ਨੂੰ ਰਾਣਾ ਰਣਵੀਰ ਦੀ ਨਵੀਂ ਫਿਲਮ ਮਨਸੂਬਾ 'ਚ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਅੱਗੋਂ ਨਵਦੀਪ ਸਿੰਘ ਨੇ ਵੀ ਸਾਬਿਤ ਕੀਤਾ ਹੈ ਕਿ ਰਾਣਾ ਰਣਵੀਰ ਨੇ ਨਵਦੀਪ ਨੂੰ ਲੈ ਕੇ ਜੋ ਫੈਸਲਾ ਲਿਆ ਸੀ ਉਹ ਬਿਲਕੁਲ ਸਹੀ ਸੀ। ਦੱਸ ਦਈਏ ਕਿ ਨਵਦੀਪ ਨੇ ਮਨਸੂਬਾ 'ਚ ਆਪਣੇ ਟਰਾਂਸਫਾਰਮਿੰਗ ਕਿਰਦਾਰ ਦੇ ਨਾਲ ਸਭ ਦਾ ਦਿਲ ਜਿੱਤਿਆ। ਸੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਸ ਫਿਲਮ ਦੇ ਟ੍ਰੇਲਰ 'ਚ ਨਵਦੀਪ ਦੇ ਕਿਰਦਾਰ ਦੀ ਝਲਕ ਤੋਂ ਤੁਸੀਂ ਕਿੰਨਾ ਕੁ ਪ੍ਰਭਾਵਿਤ ਹੋਏ ਹੋ। ਪੰਜਾਬ ਦੀ ਨਵੀਂ ਫਿਲਮ ਮਨਸੂਬਾ ਨਵੇਂ ਸਾਲ ਤੇ ਨਵੀਂ ਸੋਚ ਦੇ ਨਾਲ 5 ਜਨਵਰੀ ਨੂੰ ਵੱਡੇ ਪਰਦੇ ਤੇ ਆਉਣ ਦੇ ਲਈ ਤਿਆਰ ਹੈ। ਫਿਲਮ ਰਾਣਾ ਰਣਵੀਰ ਵੱਲੋਂ ਲਿਖੀ ਤੇ ਨਿਰਦੇਸ਼ ਕੀਤੀ ਗਈ ਹੈ। ਇਸ ਫਿਲਮ ਦੇ ਵਿੱਚ ਹਰ ਇੱਕ ਕਿਰਦਾਰ ਦਿਲ ਨੂੰ ਛੂ ਲੈਣ ਵਾਲਾ ਹੈ, ਪਰ ਇੱਕ ਕਿਰਦਾਰ ਅਜਿਹਾ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜੀ ਹਾਂ, ਇੱਥੇ ਗੱਲ ਹੋ ਰਹੀ ਹੈ ਨਵਦੀਪ ਸਿੰਘ ਦੀ, ਜੋ ਕਿ ਇਸ ਫਿਲਮ ਦੇ ਮੁੱਖ ਕਿਰਦਾਰ ਵਜੋਂ ਉਭਰ ਕੇ ਸਾਹਮਣੇ ਆਇਆ। ਨਵਦੀਪ ਸਿੰਘ ਨੇ ਪੰਜਾਬੀ ਇੰਡਸਟਰੀ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ, ਪਰ ਇਹ ਉਹਨਾਂ ਦੀ ਪਹਿਲੀ ਫਿਲਮ ਬਣੀ ਹੈ ਜਿਸ ਵਿੱਚ ਉਹਨਾਂ ਨੂੰ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਕਿਹਾ ਜਾਂਦਾ ਹੈ ਕਿ ਨਵਦੀਪ ਸਿੰਘ ਨੇ ਕਈ ਸਾਲ ਪਹਿਲਾਂ ਰਾਣਾ ਰਣਵੀਰ ਨੂੰ ਮੈਸੇਜ ਕੀਤਾ ਸੀ ਤੇ ਇੰਨੇ ਲੰਬੇ ਸਬਰ ਤੋਂ ਬਾਅਦ ਨਵਦੀਪ ਨੂੰ ਰਾਣਾ ਰਣਵੀਰ ਦੀ ਨਵੀਂ ਫਿਲਮ ਮਨਸੂਬਾ 'ਚ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਅੱਗੋਂ ਨਵਦੀਪ ਸਿੰਘ ਨੇ ਵੀ ਸਾਬਿਤ ਕੀਤਾ ਹੈ ਕਿ ਰਾਣਾ ਰਣਵੀਰ ਨੇ ਨਵਦੀਪ ਨੂੰ ਲੈ ਕੇ ਜੋ ਫੈਸਲਾ ਲਿਆ ਸੀ ਉਹ ਬਿਲਕੁਲ ਸਹੀ ਸੀ। ਦੱਸ ਦਈਏ ਕਿ ਨਵਦੀਪ ਨੇ ਮਨਸੂਬਾ 'ਚ ਆਪਣੇ ਟਰਾਂਸਫਾਰਮਿੰਗ ਕਿਰਦਾਰ ਦੇ ਨਾਲ ਸਭ ਦਾ ਦਿਲ ਜਿੱਤਿਆ। ਸੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਸ ਫਿਲਮ ਦੇ ਟ੍ਰੇਲਰ 'ਚ ਨਵਦੀਪ ਦੇ ਕਿਰਦਾਰ ਦੀ ਝਲਕ ਤੋਂ ਤੁਸੀਂ ਕਿੰਨਾ ਕੁ ਪ੍ਰਭਾਵਿਤ ਹੋਏ ਹੋ। ਪੰਜਾਬ ਦੀ ਨਵੀਂ ਫਿਲਮ ਮਨਸੂਬਾ ਨਵੇਂ ਸਾਲ ਤੇ ਨਵੀਂ ਸੋਚ ਦੇ ਨਾਲ 5 ਜਨਵਰੀ ਨੂੰ ਵੱਡੇ ਪਰਦੇ ਤੇ ਆਉਣ ਦੇ ਲਈ ਤਿਆਰ ਹੈ। ਫਿਲਮ ਰਾਣਾ ਰਣਵੀਰ ਵੱਲੋਂ ਲਿਖੀ ਤੇ ਨਿਰਦੇਸ਼ ਕੀਤੀ ਗਈ ਹੈ। ਇਸ ਫਿਲਮ ਦੇ ਵਿੱਚ ਹਰ ਇੱਕ ਕਿਰਦਾਰ ਦਿਲ ਨੂੰ ਛੂ ਲੈਣ ਵਾਲਾ ਹੈ, ਪਰ ਇੱਕ ਕਿਰਦਾਰ ਅਜਿਹਾ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜੀ ਹਾਂ, ਇੱਥੇ ਗੱਲ ਹੋ ਰਹੀ ਹੈ ਨਵਦੀਪ ਸਿੰਘ ਦੀ, ਜੋ ਕਿ ਇਸ ਫਿਲਮ ਦੇ ਮੁੱਖ ਕਿਰਦਾਰ ਵਜੋਂ ਉਭਰ ਕੇ ਸਾਹਮਣੇ ਆਇਆ। ਨਵਦੀਪ ਸਿੰਘ ਨੇ ਪੰਜਾਬੀ ਇੰਡਸਟਰੀ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ, ਪਰ ਇਹ ਉਹਨਾਂ ਦੀ ਪਹਿਲੀ ਫਿਲਮ ਬਣੀ ਹੈ ਜਿਸ ਵਿੱਚ ਉਹਨਾਂ ਨੂੰ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਕਿਹਾ ਜਾਂਦਾ ਹੈ ਕਿ ਨਵਦੀਪ ਸਿੰਘ ਨੇ ਕਈ ਸਾਲ ਪਹਿਲਾਂ ਰਾਣਾ ਰਣਵੀਰ ਨੂੰ ਮੈਸੇਜ ਕੀਤਾ ਸੀ ਤੇ ਇੰਨੇ ਲੰਬੇ ਸਬਰ ਤੋਂ ਬਾਅਦ ਨਵਦੀਪ ਨੂੰ ਰਾਣਾ ਰਣਵੀਰ ਦੀ ਨਵੀਂ ਫਿਲਮ ਮਨਸੂਬਾ 'ਚ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਅੱਗੋਂ ਨਵਦੀਪ ਸਿੰਘ ਨੇ ਵੀ ਸਾਬਿਤ ਕੀਤਾ ਹੈ ਕਿ ਰਾਣਾ ਰਣਵੀਰ ਨੇ ਨਵਦੀਪ ਨੂੰ ਲੈ ਕੇ ਜੋ ਫੈਸਲਾ ਲਿਆ ਸੀ ਉਹ ਬਿਲਕੁਲ ਸਹੀ ਸੀ। ਦੱਸ ਦਈਏ ਕਿ ਨਵਦੀਪ ਨੇ ਮਨਸੂਬਾ 'ਚ ਆਪਣੇ ਟਰਾਂਸਫਾਰਮਿੰਗ ਕਿਰਦਾਰ ਦੇ ਨਾਲ ਸਭ ਦਾ ਦਿਲ ਜਿੱਤਿਆ। ਸੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਸ ਫਿਲਮ ਦੇ ਟ੍ਰੇਲਰ 'ਚ ਨਵਦੀਪ ਦੇ ਕਿਰਦਾਰ ਦੀ ਝਲਕ ਤੋਂ ਤੁਸੀਂ ਕਿੰਨਾ ਕੁ ਪ੍ਰਭਾਵਿਤ ਹੋਏ ਹੋ। ਪੰਜਾਬ ਦੀ ਨਵੀਂ ਫਿਲਮ ਮਨਸੂਬਾ ਨਵੇਂ ਸਾਲ ਤੇ ਨਵੀਂ ਸੋਚ ਦੇ ਨਾਲ 5 ਜਨਵਰੀ ਨੂੰ ਵੱਡੇ ਪਰਦੇ ਤੇ ਆਉਣ ਦੇ ਲਈ ਤਿਆਰ ਹੈ।
ਫਿਲਮ ਰਾਣਾ ਰਣਵੀਰ ਵੱਲੋਂ ਲਿਖੀ ਤੇ ਨਿਰਦੇਸ਼ ਕੀਤੀ ਗਈ ਹੈ। ਇਸ ਫਿਲਮ ਦੇ ਵਿੱਚ ਹਰ ਇੱਕ ਕਿਰਦਾਰ ਦਿਲ ਨੂੰ ਛੂ ਲੈਣ ਵਾਲਾ ਹੈ, ਪਰ ਇੱਕ ਕਿਰਦਾਰ ਅਜਿਹਾ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜੀ ਹਾਂ, ਇੱਥੇ ਗੱਲ ਹੋ ਰਹੀ ਹੈ ਨਵਦੀਪ ਸਿੰਘ ਦੀ, ਜੋ ਕਿ ਇਸ ਫਿਲਮ ਦੇ ਮੁੱਖ ਕਿਰਦਾਰ ਵਜੋਂ ਉਭਰ ਕੇ ਸਾਹਮਣੇ ਆਇਆ। ਨਵਦੀਪ ਸਿੰਘ ਨੇ ਪੰਜਾਬੀ ਇੰਡਸਟਰੀ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ, ਪਰ ਇਹ ਉਹਨਾਂ ਦੀ ਪਹਿਲੀ ਫਿਲਮ ਬਣੀ ਹੈ ਜਿਸ ਵਿੱਚ ਉਹਨਾਂ ਨੂੰ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਕਿਹਾ ਜਾਂਦਾ ਹੈ ਕਿ ਨਵਦੀਪ ਸਿੰਘ ਨੇ ਕਈ ਸਾਲ ਪਹਿਲਾਂ ਰਾਣਾ ਰਣਬੀਰ ਨੂੰ ਮੈਸੇਜ ਕੀਤਾ ਸੀ ਤੇ ਇੰਨੇ ਲੰਬੇ ਸਬਰ ਤੋਂ ਬਾਅਦ ਨਵਦੀਪ ਨੂੰ ਰਾਣਾ ਰਣਬੀਰ ਦੀ ਨਵੀਂ ਫਿਲਮ ਮਨਸੂਬਾ 'ਚ ਮੁੱਖ ਕਿਰਦਾਰ ਵਜੋਂ ਦਿਖਾਇਆ ਗਿਆ। ਅੱਗੋਂ ਨਵਦੀਪ ਸਿੰਘ ਨੇ ਵੀ ਸਾਬਿਤ ਕੀਤਾ ਹੈ ਕਿ ਰਾਣਾ ਰਣਬੀਰ ਨੇ ਨਵਦੀਪ ਨੂੰ ਲੈ ਕੇ ਜੋ ਫੈਸਲਾ ਲਿਆ ਸੀ ਉਹ ਬਿਲਕੁਲ ਸਹੀ ਸੀ। ਦੱਸ ਦਈਏ ਕਿ ਨਵਦੀਪ ਨੇ ਮਨਸੂਬਾ 'ਚ ਆਪਣੇ ਟਰਾਂਸਫਾਰਮਿੰਗ ਕਿਰਦਾਰ ਦੇ ਨਾਲ ਸਭ ਦਾ ਦਿਲ ਜਿੱਤਿਆ। ਸੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਸ ਫਿਲਮ ਦੇ ਟ੍ਰੇਲਰ 'ਚ ਨਵਦੀਪ ਦੇ ਕਿਰਦਾਰ ਦੀ ਝਲਕ ਤੋਂ ਤੁਸੀਂ ਕਿੰਨਾ ਕੁ ਪ੍ਰਭਾਵਿਤ ਹੋਏ ਹੋ।